ਮਾਝਾ ਖੇਤਰ ਅੰਦਰ ਬੇਖੌਫ ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਨੇ ਇਸ ਦਾ ਅੰਦਾਜ਼ਾ ਤੁਸੀਂ ਪਿਛਲੇ 2 ਦਿਨਾਂ 'ਚ ਹੋਈਆਂ ਲੁੱਟ ਦੀਆਂ ਵੱਡੀਆਂ ਘਟਨਾਵਾਂ ਤੋਂ ਲਗਾ ਸਕਦੇ ਹੋ। ਜਿੱਥੇ ਬੀਤੇ ਦਿਨ ਅੰਮ੍ਰਿਤਸਰ 'ਚ 38 ਲੱਖ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ, ਉੱਥੇ ਹੀ ਅੱਜ ਬਟਾਲਾ ਦੇ ਪਿੰਡ ਜੈਤੋ ਸਰਜਾ ਸਥਿਤ ਬੈਂਕ 'ਚ ਲੁਟੇਰਿਆਂ ਵੱਲੋਂ 25 ਲੱਖ ਦੀ ਲੁੱਟ ਨੂੰ ਸ਼ਰੇਆਮ ਅੰਜਾਮ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਅੱਜ ਦੁਪਹਿਰ ਕਰੀਬ 1 ਵਜੇ 4 ਲੁਟੇਰੇ ਹਥਿਆਰਾਂ ਸਮੇਤ ਬੈਂਕ ਦੇ ਅੰਦਰ ਦਾਖਲ ਹੋਏ, ਜਿਸ ਤੋਂ ਬਾਅਦ ਹਥਿਆਰਾਂ ਦੀ ਨੋਕ ਤੇ ਕਰੀਬ 25 ਲੱਖ ਦੀ ਨਕਦੀ ਲੈ ਕੇ ਫਰਾਰ ਹੋ ਗਏ। ਇਹ ਲੁਟੇਰੇ ਇੰਨੇ ਸ਼ਾਤਰ ਸਨ ਕਿ ਜਾਂਦੇ ਜਾਂਦੇ ਬੈਂਕ 'ਚ ਲੱਗੇ CCTV ਕੈਮਰਿਆਂ ਦੀ DVR ਵੀ ਨਾਲ ਲੈ ਗਏ। ਇਹ ਬੈਂਕ ਸੁਰੱਖਿਆ ਪੱਖੋਂ ਰੱਬ ਆਸਰੇ ਚੱਲ ਰਿਹਾ ਸੀ, ਕਿਉਂਕਿ ਇਸ ਬੈਂਕ 'ਚ ਪਿਛਲੇ ਕੁਝ ਮਹੀਨਿਆਂ ਤੋਂ ਕੋਈ ਵੀ ਸੁਰੱਖਿਆ ਗਾਰਡ ਤਾਇਨਾਤ ਨਹੀਂ ਸੀ। ਕੁਛ 1 ਵਜੇ ਕਰੀਬ ਆਸ ਪਾਸ ਆਪਣਾ 4 ਲੋਕ ਆਏ ਥੇ ਪਿਸਟਲ ਸੇ ਸਾਥ ਥੇ ਔਰ ਉਹ ਬ੍ਰਾਂਚ ਮੇਂ ਆਏ ਥੇ ਤੋ ਉਨ੍ਹੋਂਨੇ ਆਗੇ ਪਹਿਲੇ ਮੈਨੇਜਰ ਸਾਹਿਬ ਕਾ ਪੁੱਛਾ, ਫਿਰ ਕੈਸ਼ੀਅਰ ਕਾ ਪੁੱਛਾ, ਕੈਸ਼ ਮੇਰਾ ਕਹਾਂ ਪਰ ਹੈ, ਕੈਸ਼ੀਅਰ ਕਹਾਂ ਪਰ ਹੋਤਾ ਹੈ। ਤੋ ਕੈਸ਼ੀਅਰ ਕੋ ਬਾਹਰ ਬੁਲਾਇਆ, ਮੇਰੇ ਕੋ ਯਹੀਂ ਪੇ ਬਿਠਾਏ ਕੁਰਸੀ ਪੇ ਔਰ ਸਾਥ ਮੇਂ ਬੰਦੂਕ ਰੱਖ ਦੀ ਥੀ ਹਮਾਰੇ ਆਪਣੇ ਸਿਰ ਪੇ ਬੰਦੂਕ ਰੱਖ ਦੀ ਥੀ ਔਰ ਇੱਕ ਜਣਾ ਅੰਦਰ ਟੈਲ ਕੈਸ਼ ਰੂਮ ਮੇਂ ਜਾ ਕੇ ਕਿਸਨੇ ਕੈਸ਼ ਫਰਾ ਉਠਾ ਲਿਆ, ਸਾਰਾ ਕੈਸ਼ ਫਰਾ ਉਠਾਇਆ ਔਰ ਆਪਣਾ ਕੁਛ 5-10 ਮਿੰਟ ਕੇ ਬੀਚ ਮੇਂ ਸਾਰੀ ਇਬਾਦਤ ਕਰਕੇ ਫਿਰ ਯਹਾਂ ਸੇ ਨਿਕਲ ਗਏ ਥੇ। ਬੋਲੋ ਕਸਟਮਰ ਸੇ 8-10 ਕਸਟਮਰ ਸੇ, ਬਾਕੀ ਯਹਾਂ ਪੇ ਹਮ 3 ਕਾ ਸਟਾਫ ਥਾ, ਬਸ 3 ਸਟਾਫ ਥੇ ਯਹਾਂ ਪੇ। ਸਾਰੇ ਮੇਂ ਰਹੇ ਲੇਕਿਨ ਉਨ੍ਹੋਂਨੇ ਹਮੇਂ ਮੌਕਾ ਨਹੀਂ ਦਿਆ, ਕਿਉਂਕਿ ਹਮਾਰੇ ਉਹ ਬੰਦੂਕ ਰਹਿ ਲਗੀ ਹੋਈ ਥੀ, ਉਨ੍ਹੋਂਨੇ ਬੰਦੂਕ ਆਪਣਾ ਸਾਥ ਹੀ ਲੋਡ ਕਰਕੇ ਰੱਖੀ ਹੋਈ, ਕਹਿ ਰਹੇ ਥੇ ਕਿ ਆਪਣੀ ਚਲਾ ਦੇਗੇ, ਹਮੇਂ ਧਮਕਿਆ ਵੀ ਦਿਆ ਥੇ ਆਪਣੇ ਬੰਦੂਕ ਚਲਾਉਣੇ ਕੇ ਲੀਏ ਔਰ ਥੋੜੀ ਹਾਥਾਬਾਈ ਵੀ ਕੀ ਉਨ੍ਹੋਂਨੇ ਹਮਾਰੇ ਸਾਥ ਔਰ ਹਮਾਰੇ ਮੋਬਾਈਲ ਸਾਰਾ ਲੈ ਕੇ ਆਪਣੇ ਬਾਕੀ ਬ੍ਰੈਸਲੇਟਸ ਵਗੈਰਾ ਸਭ ਲੈ ਗਏ। ਪਹਿਲੇ ਗਾਰਡ ਥਾ ਲੇਕਿਨ ਮਾਰਚ ਮਹੀਨੇ ਬਾਅਦ ਕੋਈ ਗਾਰਡ ਨਹੀਂ ਥਾ ਯਹਾਂ ਪੇ। ਉਹ ਸਭ DVR ਲੈ ਕੇ ਜੋ ਮੋਨੀਟਰ ਹੈ ਜਿਸਮੇ ਸਾਰੀ ਰਿਕਾਰਡਿੰਗ ਦਿਖਤੀ ਹੈ ਉਹ ਸਭ ਲੈ ਗਏ ਔਰ ਸਾਥ ਮੇਂ ਜੋ ਕੰਪਿਊਟਰ ਥਾ ਉਹ ਵੀ ਲੈ ਗਏ। ਐਸ ਕੁਛ 25 ਕੇ ਆਸ ਪਾਸ ਹੋਗਾ, 25 ਲੱਖ ਕੇ ਆਸ ਪਾਸ। ਦੂਜੇ ਪਾਸੇ ਪੁਲਿਸ ਨੇ ਬੈਂਕ ਮੁਲਾਜ਼ਮਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਜਲਦ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਵੀ ਕਰ ਰਹੀ ਹੈ। ਅੱਜ 1 ਵਜੇ ਦੇ ਕਰੀਬ ਇੱਥੇ 4 ਜਣੇ ਬੈਂਕ 'ਚ ਦਾਖਲ ਹੋਏ ਨੇ ਜਿਹੜੇ ਆਰਮਡ ਸੀ, ਅਤੇ ਉਹਨਾਂ ਨੇ ਪਿਸਟਲ ਦੀ ਨੋਕ 'ਤੇ ਜਿਹੜੇ ਬੈਂਕ ਦੇ ਅੰਦਰੋਂ ਕੈਸ਼ ਲੈ ਕੇ ਨੇ, ਕੈਸ਼ ਅਬਾਊਟ 20-25 ਲੱਖ ਜੇ ਕਾਊਂਟ ਕਰਦੇ ਹਾਂ। CCTV ਫੁਟੇਜ 'ਚ ਦੇਖ ਰਹੇ ਹਾਂ ਬੈਂਕ ਦੀ ਜਿਹੜੀ DVR ਸੀ ਉਹ ਨਾਲ ਲੈ ਗਏ ਨੇ। ਪੋਸੀਬਿਲਿਟੀ ਹੋ ਸਕਦੀ ਹੈ ਪਰ ਇਹ ਕਾਰਡ ਡਿਫਰੈਂਟ ਸੀ ਜਿਹੜੀ CCTV 'ਚੋਂ ਨਿਕਲ ਰਹੀ ਹੈ। ਬੈਂਕ ਦਾ ਸਿਕਿਉਰਟੀ ਗਾਰਡ ਨਹੀਂ, ਇਹਨਾਂ ਨੂੰ ਪਹਿਲਾਂ ਵੀ ਨੋਟ ਕਰਵਾਇਆ ਵੈਸੇ ਵੀ ਆਪਣਾ ਸਿਕਿਉਰਟੀ ਗਾਰਡ ਦੇਖੋ, ਪਰ ਇਹਨੇ ਹੈ ਨਹੀਂ। ਟੀਮਾਂ ਬਣਾਤੀਆਂ ਡਿਸਟ੍ਰਿਕਟ ਜਿੰਨੇ ਪੁਰਾਣੇ ਕ੍ਰਿਮੀਨਲ ਨੇ ਸਾਰਿਆਂ ਦੀ ਪੁੱਛਗਿੱਛ ਕਰ। ਬਿਊਰੋ ਰਿਪੋਰਟ, ਦੈਨਿਕ ਸਵੇਰਾ TV।